हेलो गाइस, करता हम उठ गए हैं। मेहमान किदा यार की कहने वो बंद कर ला मेहमान नहीं कुछ नहीं मैं सवेरे सवेरे नहीं नहीं आंटी मैं पीना पिनिया बारह बज गए दस बजे उठ के पे ऑटो तो सोना नहीं यार उठ नहीं सोना रोना उठ यार भी टाल होगी ला कर उठो यार ब्लैक एंड व्हाइट टच नहीं होगा यार उठ यार फिर सेवा होती ताडी परदेसी 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 चीला की जवानी तितलिया वर्गा तितलिया वर्गा का सलाह न मारे जा तितली का टाटो ओ चढ़ गया तोरे खांदे नहीं यार खराब नहीं की सौ रुपए हो गया। हेलो गाइस लस्सी पी लो खराब करती भाई ने तुम भी खराब करती दही चाट मसाला पाया भाई चाट मसाला पाया हाँ देखो भाजी ने सानू कढ दिता घरों हुण सानू छड्डण चला है कहिंदा जाओ घरे कहिंदा अपने अपने घरां नू जाओ एदा हुंदी दस भाजी ਤੁਹਾਡੀ ਆ ਜਿਹੜੀ ਸਿਟੀ ਆ ਰਹਾ ਹੂੰ ਕਹਿੰਦੇ ਬਹੁਤ ਇਤਿਹਾਸਿਕ ਆ ਓਏ ਥੱਲੇ ਦੇਖ ਸਹੀ ਗੱਲ ਆ ਵੀ ਇੱਥੇ ਜਿਹੜੀਆਂ ਕੁਝ ਚੀਜ਼ਾਂ ਕਿੰਨਾ ਘਟਾ ਦੀ ਦੇਖ ਥੱਲੇ ਤੇ ਆ ਹਾਂ ਜਿਹੜੀਆਂ ਕੋਈ ਇੱਥੇ ਇਤਿਹਾਸਿਕ ਜਿਹੜੀਆਂ ਇੱਥੇ ਇਤਿਹਾਸਿਕ ਤੁਹਾਡੇ ਹੈਗੀਆਂ ਇਮਾਰਤਾਂ ਮੂਰਤਾਂ ਪੁਰਾਣੀਆਂ ਹਾਂ ਦਿਖਾਉਣਾ ਤੁਹਾਨੂੰ ਉਹ ਆਡੀਓਸ ਨੂੰ ਦਿਖਾਓ ਆਓ ਦਿਖਾਉਨੇ ਆਪਾਂ ਜੋ ਆਡੀਅੰਸ ਆਡੀਅੰਸ ਦੀ ਆਡੀਅੰਸ ਦੇਖਣਾ ਚਾਹੁੰਦੇ ਇੱਥੇ ਬਾਲੀਵੁੱਡ ਦੇ ਇੱਥੇ ਬਾਲੀਵੁੱਡ ਦੇ ਪ੍ਰੋਡਿਊਸਰ ਬੀ ਆਰ ਚੋਪੜਾ ਜੀ
ਯਸ਼ ਚੋਪੜਾ ਜੀ ਇੱਥੇ ਕਾਹਦੇ ਰੁਕੇ ਆਪਾਂ ਆ ਭਾਜੀ ਹੁਣ ਇਹ ਦੁਕਾਨ ਭਾਜੀ ਤੁਹਾਡੀ ਦੁਕਾਨ ਹੈ ਇੱਥੇ ਬੈਠਾ ਹੁੰਦਾ ਤੂੰ ਅੰਕਲ ਉਹਦੇ ਫੋਟੋ ਲੱਗੀ ਕਿੱਥੇ ਲੱਗੀ ਕਹਿੰਦੇ ਫੈਨ ਆ ਸਾਡੇ ਚਲੋ ਕੀ ਦਵਾਣਾ ਕੀ ਲੈਣੀ ਪੇਸ਼ੈਂਟ ਆ ਜਾਂਦਾ ਜਲੰਧਰ ਤੋਂ ਅੱਛਾ ਇਹ ਸਚਿਨ ਭਾਜੀ ਆ ਫਗਵਾੜੇ ਤੋਂ ਠੀਕ ਹੈ ਠੀਕ ਹੈ ਇਹ ਆਪਣੇ ਨਾਲੇ ਸੀ ਟੀਮ ਦੇ ਅੱਛਾ ਆਏ ਸੀ ਰਾਤੀ ਮੈਂ ਕਿਹਾ ਵੀ ਚਲੋ ਤੁਹਾਨੂੰ ਸੈਰ ਕਰਾਉਣਾ ਸ਼ਹਿਰ ਦੀ ਅੱਜ ਬਹੁਤ ਵਧੀਆ ਬੀ ਪੀ ਆਈ ਵਾਲੇ ਦੋ ਮਿੰਟ ਵੀਰੇ ਹੁਣ ਕਿੱਥੇ ਹੋਇਆ ਸਾਰਿਆਂ ਨੇ ਅੱਜ ਕੱਲ੍ਹ ਹਾਂਜੀ ਕਿੱਥੇ ਹੁੰਦੇ ਸਾਰਿਆਂ ਨੇ ਇਹ ਬਸ ਐਲਪੀ ਦੇ ਸਟੂਡੈਂਟ ਪੜ੍ਹਦੇ ਆ ਅਸੀਂ ਇਕੱਠੇ ਹੀ ਇੱਦਾਂ ਆਪੋ ਆਪਣੇ ਘਰ ਹੁੰਦੇ ਰਾਤੀ ਮੇਰੇ ਕੋਲ ਆਏ ਐਲਪੀ ਤੋਂ ਸਾਰੇ ਉੱਥੇ ਹੀ ਆ ਹਾਂਜੀ ਹਾਂਜੀ ਅੱਛਾ ਚਲੋ ਵਧੀਆ ਵਧੀਆ ਡਾਕਟਰ ਸਾਹਿਬ ਨੇ ਆਪਾਂ ਨੂੰ ਬੜੀ ਸਪੋਰਟ ਕੀਤੀ ਆ ਰਾਈਜ਼ਿੰਗ ਸਟਾਰ ਤੇ ਰਾਜਾ ਭਾਜੀ ਹੁਣੀ ਇਹਨਾਂ ਨੇ ਵੀ ਬੜਾ ਜ਼ੋਰ ਲਾਇਆ ਵੋਟਿੰਗ ਲਈ ਸਾਰਿਆਂ ਨੂੰ ਥੈਂਕ ਯੂ ਸਰ ਤੇ ਇਹਨਾਂ ਦੀ ਬਦੌਲਤੀ ਆਪਾਂ ਟੌਪ 7 ਤੱਕ ਆ ਗਏ ਫੋਟੋ ਖਿੱਚ ਲਓ ਯਾਰ ਸਾਰਿਆਂ ਦੀ ਮੁੰਡਿਆਂ ਦੀ ਆਪਣੇ ਨਾਲ ਭਾਈ ਕਿੰਨਾ ਕੁ ਤੁਹਾਨੂੰ ਕਹਿੰਦਾ ਪਲਿਆ ਇਹ ਦਵਾਈਆਂ ਨਾਲ ਹੀ ਆ 24-25 ਸਾਲਾਂ ਦਾ ਹੈਗਾ ਅਸੀਂ ਜਿੱਥੇ ਜਾਈਏ ਸਾਨੂੰ ਸਾਡੇ ਥੋੜ੍ਹੇ ਬਹੁਤੇ ਫੈਨ ਮਿਲ ਜਾਂਦੇ ਆ ਹੋਰ ਕੀ ਦੇਖ ਲਾ ਇੰਨੀ ਕਿਰਪਾ ਰੱਬ ਦੀ ਠੀਕ ਹੈ ਅੰਕਲ ਜੀ ਯਾਰ ਮੈਂ ਤਾਂ ਕਹਿੰਦਾ ਕਹਿੰਦੇ ਤੁਸੀਂ ਅੱਜ ਨਹੀਂ ਬਸ ਨਾ ਦੀ ਇੱਥੋਂ ਚੌਲਾ ਜਾਂਦਾ ਕੋਈ ਨਹੀਂ ਕੋਈ ਨਹੀਂ ਚਲੋ ਠੀਕ ਹੈ ਕੌਣ ਮੁਹੰਮਦ ਜ਼ਹੂਰ ਖਿਆਮ ਸਾਹਿਬ ਮੁਹੰਮਦ ਜ਼ਹੂਰ ਬਿੰਦਰਾ ਦਰੂ ਜ਼ਹੂਰ ਖਿਆਮ ਏਦਾਂ ਨਾ ਹੈ ਏਡਾ ਵੱਡਾ ਨਾਮ ਆ ਮੈਨੂੰ ਪਤਾ ਨਹੀਂ ਟਾਈ ਨਹੀਂ ਲੈ ਆਉਂਦਾ ਟਾਈ ਨਹੀਂ ਲੈ ਆਉਂਦਾ ਜ਼ਹੂਰ ਖਿਆਮ ਮੁਹੰਮਦ ਜ਼ਹੂਰ ਖਿਆਮ ਜ਼ਹੂਰ ਮੁਹੰਮਦ ਜ਼ਹੂਰ ਪਿਆਨ ਖਿਆਮ ਖਿਆਮ ਲੜਾਈ ਹੋ ਗਈ ਕੁੜੀ ਨਾ ਕੁੜੀ ਉਹਨੂੰ ਗਾਲਾਂ ਕੱਢਦੀ ਸੀ ਇਹ ਭਾਈ ਪੁੱਜਿਆ ਤੂੰ ਮੇਰੇ ਦੋਸਤ ਨੂੰ ਗਾਲਾਂ ਕਾਹਦੇ ਕੱਢਦੀ ਆ ਕਹਿੰਦੀ ਮੈਨੂੰ ਕਮੈਂਟ ਮਾਰ ਕੇ ਜਾਂਦਾ ਕਹਿੰਦੀ ਕੀ ਲੰਘਣ ਲੱਗਾ ਮੈਂ ਇੱਧਰ ਆ ਮੈਂ ਤੂੰ ਕੁੜੀ ਨੂੰ ਕੀ ਕਹੀ ਜਾਂਦਾ ਕਹਿੰਦੀ ਇਹਨੂੰ ਪੁੱਛ ਕੀ ਜਾਂਦਾ ਮੈਂ ਕਿਹਾ ਕੀ ਜਾਂਦਾ ਕਹਿੰਦੀ ਹੈ ਮੈਨੂੰ ਲੰਘਦਾ ਵੜਦਾ ਕੀ ਜਾਂਦਾ ਜਿੰਨੇ ਵਿੱਚ ਬੱਲੀ ਅਸੀਂ ਸਾਰੀ ਸੱਜਦੀ ਉਹਨੇ ਜਿਹਾ ਮਿੱਤਰਾਂ ਦੇ ਗੀਤ ਆਉਂਦੇ ਭਰਾਵਾ ਜਦੋਂ ਉਹਨੇ ਬੂਟਾਂ ਨੂੰ ਦੇਖਿਆ ਭੈਣ ਮੈਨੂੰ ਹਾਸਾ ਆ ਗਿਆ ਫੇਲ ਹੋਇਆ ਪੱਟਾਂ ਲਈਆਂ ਦੇਖ ਕੇ ਉਹਨੇ ਇਸ ਜਗ੍ਹਾ 'ਤੇ ਕੂੜਾ ਸੁੱਟਣਾ ਸਖ਼ਤ ਮਨਾ ਹੈ ਉਲੰਘਣਾ ਕਰਨ ਵਾਲੇ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਕੂੜੇ ਕੂੜਾ ਦਾ ਬਹੁਤ ਬਣ ਜਾਣਾ ਇੱਥੇ ਜੁਰਮਾਨਾ ਲੈਣ ਵੀ ਕੋਈ ਖੜਾ ਕਰੋ ਜੁਰਮਾਨਾ ਲੈਣ ਵੀ ਕੋਈ ਖੜਾ ਕਰੋ ਗੱਡੀ ਕਿਤੇ ਜਾੜੀ ਹੋ ਗਈ ਆਹੋ ਰਾਹ ਮੁੜਦੇ ਕਿਹੜਾ ਉਹ ਜਾਂਦਾ ਹੁੰਦਾ ਤੈਨੂੰ ਇਹ ਕਹਿੰਦੇ ਇਹਨਾਂ ਨੇ ਆਹ ਪਹਾੜੀਆਂ ਕੱਟ ਕੇ ਬਣਾਇਆ ਕਹਿੰਦੇ ਇਹਨਾਂ ਨੇ ਸ਼ਹਿਰ ਵਾਲਾ ਪਹਾੜੀ ਪੌੜੀ ਦਾ ਕਹਿ ਲਈ ਉਹਨੇ ਖੰਭੇ ਚੜਿਆ ਉਹਦੇ ਕੋਈ ਇਹ ਗੁਰਦੁਆਰਾ ਹੈ ਜੀ ਕੀਰਤਨ ਚੱਲਦਾ ਅੰਦਰ ਬੱਸ ਕਰ ਉੱਤੇ ਬਣਾਈ ਜਾਂਦਾ ਤੁਰਦੇ ਆ ਦੇਖੋ ਗੱਡੀ ਚੜਾਈ ਹੈ ਬਹੁਤ ਪਹਾੜ ਕੱਟੇ ਹੋਣੇ ਇਹਨਾਂ ਨੇ ਓਏ ਬਹੁਤ ਪਹਾੜ ਕੱਟੇ ਹੋਣੇ ਇਹਨਾਂ ਨੇ ਸ਼ਹਿਰ ਵਸੋੜ ਨੂੰ ਪਿੰਡ ਸੋਰੀ ਆਹ ਦੇਖ ਲਓ
ਪਾਣੀ ਕਿੱਦਾਂ ਰੁੜਦਾ ਹੀ ਜਾਂਦਾ ਮੀਂਹ ਮੂੰਹ ਦਾ ਕੋਈ ਚੱਕਰ ਨਹੀਂ ਪਾਣੀ ਨਹੀਂ ਖੜਦਾ ਇੱਥੇ ਲੋਕਾਂ ਦਾ ਤੇਲ ਉਹ ਵੱਜਦਾ ਇੱਥੇ ਗੱਡੀਆਂ ਬੰਦ ਕਰਕੇ ਚੜ੍ਹਾਈ ਤੋਂ ਸਿੱਧੀਆਂ ਥੱਲੇ ਉੱਪਰ ਕਿਹੜੇ ਡਾਕਟਰ ਦਾ ਯਾਰ ਵਧੀਆ ਆਹ ਪੁਰਾਣੀਆਂ ਬਿਲਡਿੰਗਾਂ ਹੀ ਪਰ ਲੋਕਾਂ ਨੇ ਗੰਦ ਬਹੁਤ ਆ ਆਹ ਵੀ ਦੇਖੋ ਚੜ੍ਹਾਈ ਯਸ਼ ਚੋਪੜਾ ਤੇ ਬੀ ਆਰ ਚੋਪੜਾ ਉਹਨਾਂ ਦਾ ਕਾਫੀ ਪੁਰਾਣਾ ਨਾਲੇ ਦੇ ਗੁੱਗਾ ਯਾਰ ਪੀਰ ਦੀ ਜਗ੍ਹਾ ਵੀ ਆ ਬਹੁਤ ਉਹ ਛਤਰੀ ਤੇ ਮੋਰ ਬੈਠਾ ਬਹੁਤ ਪੁਰਾਣਾ ਇਤਿਹਾਸਿਕ ਸ਼ਹਿਰ ਆ ਰਾਹੋਂ ਤੇ ਹੋਰ ਵੀ ਬਹੁਤ ਚੀਜ਼ਾਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਰਾ ਕੁਛ ਦਿਖਾਉਣ ਦੀ ਚੜ੍ਹਾਈ ਬਹੁਤ ਆ ਫਿਲਹਾਲ ਇੱਥੇ ਚੜ੍ਹਾਈ ਜ਼ਿਆਦਾ ਮਾਤਾ ਵਾਲੀ ਜ਼ਿਆਦਾ ਫੀਲਿੰਗ ਆਉਂਦੀ ਯਾਰ ਤੇਜ਼ ਆ ਜਾ ਭਾਜੀ ਉਹ ਦੇਖੋ ਕਿੰਨੀ ਥੱਲੇ ਰਹਿ ਗਏ ਬੋਲੀਵੁੱਡ ਦੇ ਮਿਊਜ਼ਿਕ ਡਾਇਰੈਕਟਰ ਹੋਏ ਆ ਜਿਨ੍ਹਾਂ ਨੇ ਗੀਤ ਬੜੇ ਅੱਛੇ ਅੱਛੇ ਤੁਹਾਨੂੰ ਬਣਾ ਕੇ ਦਿੱਤੇ ਆ ਇਨ ਆਂਖੋਂ ਕੀ ਮਸਤੀ ਕੇ ਮਸਤਾਨੇ ਹਜ਼ਾਰੋਂ ਹੈ ਕਭੀ ਕਭੀ ਮੇਰੇ ਦਿਲ ਮੇ ਖਿਆਲ ਆਤਾ ਹੈ ਹੈ ਨਾ ਉਮਰਾਓ ਜਾਨ ਮੂਵੀ ਦੇ ਸਾਰਾ ਮਿਊਜ਼ਿਕ ਖਿਆਮ ਸਾਹਿਬ ਦਾ ਬਟ ਇਹਦੀ ਸਾਂਭ ਸੰਭਾਲ ਨਹੀਂ ਕੀਤੀ ਗਈ ਕਰਕੇ ਤਾਂ ਇਹ ਇੱਦਾਂ ਵੀ ਹਾਲਤ ਇਹਦੀ ਹੋ ਗਈ ਆ ਪਰ ਵਧੀਆ ਯਾਰ ਸ਼ੂਟ ਕਰਨ ਨੂੰ ਇੱਥੇ ਗੰਦ ਵਾ ਪਾਇਆ ਲੋਕੀ ਯਾਰ ਕਰਦੇ ਨੀ ਕੇਅਰ ਨੀ ਕਰਦੇ ਆਹ ਦੇਖੋ ਜਿੱਦਾਂ ਕਾਫੀ ਪੁਰਾਣਾ ਆ ਇਹ ਅੰਦਰੋਂ ਵੀ ਮਤਲਬ ਜੇ ਇਹਨੂੰ ਥੋੜਾ ਜੇ ਮਤਲਬ ਇਹਦਾ ਥੋੜਾ ਖਿਆਲ ਰੱਖਿਆ ਜਾਵੇ ਤੇ ਇਹ ਚੀਜ਼ ਵਧੀਆ ਹੋ ਸਕਦੀ ਆ ਲੋਹੇ ਦਾ ਸੰਦੂਕ ਕਹਿੰਦੇ ਪਰ ਕੂੜਾ ਦੇਖੋ ਕਿੱਦਾਂ ਸਿੱਟਿਆ ਲੋਕਾਂ ਨੇ ਉਹ ਪੌੜੀ ਅੰਦਰ ਕਹਿੰਦੇ ਖੁਰਚ ਕੇ ਕੱਢਣਾ ਚਲੋ ਯਾਰ ਚਲੀਏ ਹੁਣ ਤੁਹਾਨੂੰ ਆ ਸਰਕਾਰੀ ਸਕੂਲ ਦਿਖਾਉਂਦੇ ਆ ਲੜਕੀਆਂ ਦਾ ਉਸ ਵੇਲੇ ਅੰਗਰੇਜ਼ਾਂ ਦੇ ਵੇਲੇ ਕਾਰ ਆਹੋਂ ਦਾ ਸਕੂਲ ਹੁੰਦਾ ਸੀ ਇੱਕ ਹੁੰਦਾ ਸੀ ਲਾਹੌਰ 'ਚ ਦੋ ਸਕੂਲ ਹੁੰਦੇ ਸੀ ਜਾਂ ਬੱਚਾ ਇੱਥੇ ਪੜ੍ਹਨ ਆਉਂਦਾ ਹੁੰਦਾ ਸੀ ਜਾਂ ਲਾਹੌਰ ਜਾਂਦਾ ਹੁੰਦਾ ਸੀ ਸਿਰਫ ਦੋ ਸਕੂਲ ਹੀ ਹੁੰਦੇ ਸੀ ਜੀ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਅੰਗਰੇਜ਼ਾਂ ਦੇ ਟਾਈਮ ਲੈਂਦੇ ਪੰਜਾਬ ਦੇ ਚੜ੍ਹਦੇ ਪੰਜਾਬ 'ਚ ਦੋ ਸਕੂਲ ਹੁੰਦੇ ਸੀ ਇੱਕ ਆਹ ਹੁੰਦਾ ਸੀ ਰਾਹੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡਿਆਂ ਦਾ ਇੱਕ ਲਾਹੌਰ ਹੁੰਦਾ ਸੀ ਤੁਸੀਂ ਕਿਹੜੇ ਸਕੂਲ 'ਚ ਪੜ੍ਹੇ ਆ ਮੈਂ ਨਵਾਂ ਸ਼ਹਿਰ ਪੜ੍ਹਿਆ ਸੀ ਡਾਕਟਰ ਅਰਸ਼ਦ ਅੱਛਾ ਉਦੋਂ ਤੁਸੀਂ ਹੈ ਨਹੀਂ ਸੀ ਨਾ ਜਦੋਂ ਉਹ ਸਕੂਲ ਸੀ ਉਦੋਂ ਨੌਂ ਦੇ ਜੀ ਨਹੀਂ ਸੀ ਠੀਕ ਆ ਠੀਕ ਪਰ ਜੇ ਤੁਸੀਂ ਹੁੰਦੇ ਤੁਸੀਂ ਤੁਹਾਡੇ ਜਿਹੜੇ ਵਿੱਚ ਸਵਾਲ ਉੱਠਦੇ ਹੋਣਾ ਕਾਸ਼ ਮੈਂ ਉਦੋਂ ਹੁੰਦਾ ਮੈਂ ਲਾਹੌਰ ਪੜ੍ਹਨਾ ਪਸੰਦ ਕਰਦਾ ਕਰਨਾ ਹੀ ਕੋਈ ਜਿਹੜਾ ਹੁੰਦਾ ਇਹ ਕਿਉਂ ਜਦੋਂ ਜਦੋਂ ਚੜ੍ਹਾਈ ਚੜ੍ਹੋ ਫਿਰ ਕਿੱਦਾਂ ਹੋ ਜਾਂਦਾ ਬੰਦਾ ਐ ਹੋ ਜਾਂਦਾ ਦੇਖੋ ਉਹ ਆਪਾਂ ਬੱਸ ਤੇ ਵੀ ਚੱਕੇ ਆ ਆਪਾਂ ਸਕੂਲ ਨਿਆਣੇ ਲਾਦੇ ਸਕੂਲ ਵਾਲੇ ਸਰਕਾਰੀ ਏਦਾਂ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਵਾਲਾ
ਫੁੱਟਬਾਲ ਡਿੱਪਿਆ ਫੁੱਟਬਾਲ ਦਾ ਤੇਰਾ ਪਾੜ ਜਾਣਾ ਬੰਦੇ ਦਾ ਕੜੇ ਵੀ ਸੋਨੇ ਦੇ ਪਾਏ ਓਏ ਬਹੁਤ ਅਮੀਰ ਹੈ ਆਹ ਵੀ ਘੱਟ ਹੀ ਆ ਬਹੁਤ ਘੱਟੀਆਂ ਇਹਨਾਂ ਦੇ ਭਾਈ ਭਾਈ ਸਾਰੀਆਂ ਘੱਟੀਆਂ ਹੀ ਆ ਵੱਧਦੀਆਂ ਕੋਈ ਨਹੀਂ ਓਏ ਓਏ ਦਮਰੂ ਇਹ ਖਰਾ ਕੇ ਟੀਵੀ ਟਾਵਰ ਟੀਵੀ ਟਾਵਰ ਖਰਾ ਚਪਲਾ ਹੀ ਦੁਕਾਨ ਲੱਗੀ ਕਿੰਨੇ ਲੱਗ ਜਾਓ ਨਾਲ ਦੇ ਟੀਵੀ ਟਾਵਰ ਨੂੰ ਬਹੁਤ ਆ ਜਾਣੇ ਇਹਦੇ ਨਾਲ ਦੇ ਪੰਜ ਚਾਰ ਕੁ ਲੱਗ ਜਾਣੇ ਕਿੰਨੇ ਫੁੱਟ ਪਊਗਾ ਇਹ ਹੋਣਾ ਆ ਅਸੀਂ ਫਿਰ ਬਾਜ਼ਾਰ 'ਚ ਆ ਗਏ ਹਾਂ ਬਾਜ਼ਾਰ ਹੀ ਬਹੁਤ ਇੱਕ ਪਾਪਾ ਸਕੂਟਰ ਮਾਰਨ ਲੱਗਾ ਜੀ ਵਿੱਚ ਇੰਨਾ ਤਰਾ ਕੇ ਲੈ ਕੇ ਆਇਆ ਸਾਨੂੰ ਇਹ ਜਾਣ ਕੇ ਹਾਲਾਂਕਿ ਬਾਟ ਘੱਟ ਆ ਇਹਨਾਂ ਦੇ ਘਰ ਤੋਂ ਉਹ ਆਪਣਾ ਬਲੌਗ ਰਾਤ ਤੋਂ ਦੈਨ ਆਲੂ ਜਾਣਾ ਆਹੋ ਹੈ ਭਾਜੀ ਬਲੌਗ ਆਪਣਾ ਰਾਤ ਤੋਂ ਦੈਨ ਆਲੂ ਜਾਣਾ ਦੀਦੀ ਨੀ ਤੂੰ ਹਾਂ ਕਿੱਦਾਂ ਵਲੌਗ ਸ਼ੂਟ ਕਰਦੇ ਹਾਂ ਅਸੀਂ ਆਹ ਤੇ ਬੰਦੇ ਖੜੇ ਸਾਡੇ ਉਹ ਕਰੀ ਗੱਲ ਯਾਰ ਇਹਨਾਂ ਮੜੀ ਅਭਿਲਾਸ਼ਾ ਚੜਾਇਆ ਤੁਹਾਨੂੰ ਬੱਸੇ ਇਹ ਵੀ ਹੈਪੀ ਦੀ ਬਸ ਇਹੋ ਹੈਪੀ ਭਾਈ ਦੱਸ ਕਿੱਦਾਂ ਕਰਦਾ ਐਡਿਟ ਕੀਤਾ ਓ ਗਾਇਸ ਰਸਗੁੱਲੇ ਖਾ ਲਓ ਰਸਗੁੱਲੇ ਖਾ ਲਓ ਅਸੀਂ ਹੁਣ ਇੱਥੇ ਬੱਸ ਸਟੈਂਡ ਬੈਠੇ ਹਾਂ ਬੱਸ ਦੀ ਵੇਟ ਕਰਦੇ ਪਏ ਅਤੇ ਬੱਸ ਮਿਲੂਗੀ ਤਾਂ ਫਿਰ ਅਸੀਂ ਜਾਣਾ ਇੱਥੋਂ ਬੱਸ ਮਿਲਣੀ ਸਾਨੂੰ ਨਵੇਂ ਸ਼ਹਿਰ ਦੀ ਨਵੇਂ ਸ਼ਹਿਰ ਤੋਂ ਫਿਰ ਅਸੀਂ ਜਾਣਾ ਮੈਂ ਤਾਂ ਜਾਣਾ ਜਲੰਧਰ ਇਹਨਾਂ ਨੇ ਫਗਵਾੜੇ ਉੱਤਰ ਜਾਣਾ ਤੂੰ ਅਤੇ ਬੱਸ ਦੀ ਵੇਟ ਕਰਦੇ ਪਏ ਉਹਦੇ ਕੋਲ ਲਿਖਿਆ ਕਾਲੇ ਕਾਨੂੰਨ ਰੱਦ ਕਰੋ ਬੱਸਾਂ ਪਿੱਛੇ ਵੀ ਲਿਖਿਆ ਤੇ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ ਵੈਸੇ ਕਿਸਾਨਾਂ ਦੀ ਕੀ ਵਿਚਾਰ ਨੇ ਤੁਹਾਡੇ ਇਸ ਬਾਰੇ ਕਰਨੀ ਚਾਹੀਦੀ ਰੱਦ ਕਿਉਂ ਨਹੀਂ ਕਰਨੀ ਚਾਹੀਦੀ ਕਰਾ ਕੇ ਰਵਾਂਗੇ ਰੱਦ ਮਾੜਾ ਚਾਰ ਬੱਸਾਂ ਇੱਥੇ ਇਤਿਹਾਸਕ ਪਿੰਡ ਬੱਸ ਪਿੰਡ ਇਹਦੇ ਬੱਸਾਂ ਵੀ ਇਤਿਹਾਸਕ ਆ ਦੇਖੋ ਕਾਲੀ ਬੱਸ ਕੋਈ ਨਹੀਂ ਆਉਂਦੀ ਟਰੱਕ ਹੀ ਆਈ ਜਾਂਦੇ ਆ ਦੇਖੋ ਟਰੱਕ ਹੀ ਆਈ ਜਾਂਦੇ ਬੱਸ ਕੋਈ ਨਹੀਂ ਆਉਂਦੀ ਕਦੀ ਤੂੜੀ ਵਾਲਾ ਆਉਂਦਾ ਕਦੀ ਕੋਈ ਆ ਚੰਗਾ ਯਾਰ ਭਾਈ ਚੰਗਾ ਬਸ ਆ ਗਈ ਸਾਡੀ ਯਾਰ ਓਕੇ ਭਾਜੀ ਓਕੇ ਬਾਈ ਫੋਨ ਕਰਦੇ ਹੋ ਜਾ ਕੇ ਅਗਲੇ ਬਰਥਡੇ ਜਾਣਾ ਚਲੇ ਯਾਰ ਅੱਜ ਓਕੇ ਥੈਂਕ ਯੂ ਹਾਂਜੀ ਹਾਂਜੀ ਪੰਨੀਆਂ ਟਿਕਟਾਂ ਕਾ ਦੀਆਂ ਸਾਰੀ ਬੱਸ ਦੀਆਂ ਲੈ ਲਈਆਂ ਇਹ ਹੈਗਾ ਨਵੇਂ ਸ਼ਹਿਰ ਦਾ ਬੱਸ ਸਟੈਂਡ ਹੈਲੋ ਗਾਇਸ ਤੁਸੀਂ ਆਪਣੇ ਅਸੀਂ ਆਪਣੇ ਪਿੰਡ ਪਹੁੰਚ ਗਏ ਬੱਸ ਜੋ ਉੱਤਰ ਲੱਗੇ ਪੌਪਕੋਰਨ ਖਾਈ ਜਾਂਦਾ ਦੋਸਤ ਉਹ ਵਾਲੀ ਬੱਸ 'ਚ ਉਤਰੇ ਅਸੀਂ ਆਹ ਬੰਦੇ ਸਾਡੇ ਮੋਹਰੇ ਚਲ ਗਏ ਮੈਨੂੰ ਛੱਡ ਗਏ ਪਤਾ ਨਹੀਂ ਬੰਦਾ ਨਾਲ ਲੈ ਆਣਾ ਯਾਰ ਨੇਚਰ ਕਾਲਸ ਹੈ ਨੇਚਰ ਕਾਲਸ ਬੱਸ ਵਾਲੇ ਇਹਨਾਂ ਨੂੰ ਕਹਿੰਦੇ ਤੁਸੀਂ ਕਸ਼ਮੀਰ ਤੋਂ ਆਏ ਕਹਿੰਦਾ ਆਹ ਤਾਂ ਪੂਰਾ ਕਸ਼ਮੀਰੀ ਲੱਗਦਾ ਮੈਂ ਕਿਹਾ ਨਹੀਂ ਭਰਾਵਾ ਪੰਜਾਬੀ ਹੈ ਇਹ
ਮੈਨੂੰ ਦੇਖ ਕੇ ਮੇਰੇ ਵੱਲ ਹਿੰਦੀ ਬੋਲਣ ਲੱਗ ਪਏ ਲੋਕੀ ਮੀਨਾ ਬਹੁਤ ਹੁੰਦਾ ਭਰਾਵਾ ਮੈਂ ਕਿਤੇ ਪ੍ਰੋਗਰਾਮ ਤੇ ਜਾਵਾਂ ਬੁੜੀਆਂ ਮੈਨੂੰ ਹੱਥ ਦੇਣ ਲੱਗ ਪੈਂਦੀਆਂ ਕਹਿੰਦੀ ਕਦੇ ਰਾਜਾ ਆ ਗਿਆ ਤੈਨੂੰ ਕੀ ਕਹਿੰਦੇ ਹੁੰਦੇ ਇੱਕ ਵਾਰੀ ਭਰਾਵਾ ਮੈਨੂੰ ਉੱਥੇ ਬਸਰਾ ਪੈਸ ਮੋਹਰੇ ਪੁਲਿਸ ਵਾਲਿਆਂ ਨੇ ਰੋਕ ਲਿਆ ਬੜੇ ਇਸ਼ਕ ਨਾਲ ਮੈਨੂੰ ਐਂ ਕਰਕੇ ਕਹਿੰਦਾ ਕਿਆ ਵੇਚਦਾ ਹੈ ਚੱਲੇ ਸਹੀ ਤਰ੍ਹਾਂ ਭਾਈ ਨੂੰ ਲੈ ਵਿੱਚ ਸਾਡੇ ਆਪਣੇ ਪਿੰਡ ਦੇ ਬੰਦੇ ਨੇ ਸਾਨੂੰ ਕਮੈਂਟ ਸੋ ਗਾਇਸ ਅਸੀਂ ਹੁਣ ਪਹੁੰਚ ਗਏ ਹਾਂ ਮੇਲੀ ਇਹਨਾਂ ਦੇ ਪਿੰਡ ਇੱਥੋਂ ਹੁਣ ਮੈਂ ਬੱਸ ਫੜੂੰਗਾ ਥੋੜ੍ਹੀ ਦੇਰ ਬਾਅਦ ਅਤੇ ਮੈਂ ਘਰੇ ਚੱਲ ਜਾਣਾ ਚੱਲ ਨਹੀਂ ਜਾਣਾ ਤੈਨੂੰ ਭੇਜ ਦੇਣਾ ਆਹੋ ਅਤੇ ਮਤਲਬ ਅਸੀਂ ਚੱਲ ਜਾਣਾ ਭੇਜ ਦੇਣਾ ਅਸੀਂ ਹੁਣ ਬਸ ਪੰਜ ਆਹ ਵਾਲਾ ਬੂਟਾ ਵੀ ਅਸੀਂ ਲਾਇਆ ਮੈਂ ਚੱਲਣਾ ਫਿਰ ਆ ਜੀ ਆਪਣਾ ਘਰ ਵਾਈਟ ਵਾਈਟ ਹਾਊਸ ਇੱਥੇ ਮੈਂ ਰਾਤ ਨੂੰ ਹੁੰਦਾ ਪ੍ਰੈਕਟਿਸ ਵਗੈਰਾ ਸਾਡੀ ਇੱਧਰ ਹੀ ਚੱਲਦੀ ਹੁੰਦੀ ਕਿਉਂ ਹੋਈ ਆਪਣਾ ਦੂਸਰਾ ਘਰ ਜਿਹੜਾ ਜੱਦੀ ਆ ਉਹ ਉੱਧਰ ਆ ਜੱਦੀ ਘਰ ਵੀ ਤੁਹਾਨੂੰ ਦਿਖਾਉਂਦੇ ਆ ਸ਼ੁਰੂ 'ਚ ਦੇਖ ਹੀ ਲਿਆ ਉੱਧਰ ਦਾ ਤੁਸੀਂ ਉਹ ਵੀ ਆਪਣਾ ਘਰ ਆ ਉਹ ਸਾਹਮਣੇ ਉਹ ਇੱਥੇ ਟੂਰਾ ਨਿਵਾਸ ਲਿਖਿਆ ਵੀ ਆਪਣਾ ਘਰ ਆ ਉਹ ਮੇਰੇ ਕਜ਼ਨ ਖੜੇ ਚਾਚੀ ਘੁੰਮਦੀ ਆਇਆ ਵਾਹ ਬੜੀ ਸੋਹਣੀ ਬਾਈ ਆ ਕਿੱਥੋਂ ਲੈ ਕੇ ਆਇਆ ਜਦੋਂ ਵੀਡੀਓ ਬਣਦੀ ਹੁੰਦੀ ਉਦੋਂ 1000 ਰੁਪਏ ਦੀ ਕਹੀਦਾ ਹੁੰਦਾ 100 ਰੁਪਏ ਦੀ ਸੋਹਣੀ ਨੀ ਉਹਦਾ ਸੋਹਣੀ ਹਾਏ ਹਾਏ ਆ ਗਿਆ ਮੈਂ ਇੱਥੇ ਬਹਿ ਕੇ ਵੀਡੀਓ ਬਣਾਉਂਦਾ ਹੁੰਦਾ ਮੈਂ ਇਹਦੇ ਵਿੱਚ ਗਾਣੇ ਲੱਗੇ ਹੁੰਦੇ ਸਾਧਕ ਓਏ ਉਹ ਸਾਧਕ ਓਏ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਹਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸੋ ਵੀਡੀਓ ਕਿੱਦਾਂ ਦੀ ਲੱਗੀ ਅਤੇ ਸ਼ੇਅਰ ਕਰ ਦਿਓ ਥੈਂਕ ਯੂ ਕੀਪ ਸਪੋਰਟਿੰਗ